ਡੈਡੀ ਮੈਨੂੰ ਗੱਡੀ ਚਾਹੀਦੀ ਆ। ਕਾਹਦੇ ਵਾਸਤੇ? ਮੈਂ ਸਕੂਲ ਜਾਣਾ। ਤੁਰ ਕੇ ਚੱਲ ਜਾ, ਬਾਹਰ ਗਰਮੀ ਬਹੁਤ ਆ। ਉਹ ਮੈਂ ਤਾਂ 2000 ਡਿਗਰੀ ਦੀ ਗਰਮੀ ਵਿੱਚ ਸਕੂਲੇ ਜਾਂਦਾ ਰਿਹਾ, ਉਹ ਵੀ 100-100 ਕਿਲੋਮੀਟਰ ਤੁਰ ਕੇ। ਮੈਂ ਤਾਂ ਮਾਊਂਟੇਨ ਚੜ ਕੇ ਸਕੂਲੇ ਜਾਂਦਾ ਹੁੰਦਾ ਸੀ, ਤੂੰ ਸਾਡੇ ਨੈਣਾ ਦੇ ਵੀ ਜਾ ਕੇ ਪੜ੍ਹਦਾ ਹੁੰਦਾ ਸੀ। ਉਹ ਨਹੀਂ ਯਾਰ, ਪੁੱਤ ਜਦੋਂ ਮੈਂ ਸਕੂਲੇ ਜਾਂਦਾ ਹੁੰਦਾ ਸੀ, ਰਸਤੇ ਵਿੱਚ ਮੇਰੇ ਸੱਪ ਲੜਦੇ ਹੁੰਦੇ ਸੀ। ਇੱਕ ਵਾਰੀ ਸ਼ੇ ਨੇ ਮੇਰੀ ਰਾਹ ਕਰਕੇ ਲੱਤ ਖਾਲੀ ਸਾਰੇ ਨੇ, ਫਿਰ ਵੀ ਮੈਂ ਸਕੂਲੇ ਗਿਆ। ਇੱਕ ਵਾਰੀ ਮੈਂ ਸਕੂਲੇ ਜਾਣਾ ਸੀ ਤੇ ਇੱਕ ਭੈਣ ਦੀ ਯਾਰ ਨੇ ਮੇਰੇ ਨਾਈਫ ਮਾਰਤਾ, ਫਿਰ ਵੀ ਮੈਂ ਸਕੂਲੇ ਗਿਆ। ਤੁਹਾਨੂੰ ਪਤਾ ਮੈਂ ਕੈਨੇਡਾ ਕਿਵੇਂ ਆਇਆ? ਕਿਵੇਂ? ਉਹ ਮੈਂ ਕਮਾ ਘਟਾ ਮਾਰੂ ਦੇ ਬੋਟ ਤੇ ਚੜਨਾ ਸੀ, ਪਰ ਮੈਂ ਲੇਟ ਹੋ ਗਿਆ। ਉਹ ਫਿਰ ਮੈਨੂੰ ਪਾਣੀ ਦੇ ਉੱਪਰੋਂ ਤੁਰ ਕੇ ਆਣਾ ਪਿਆ ਕੈਨੇਡਾ। ਪਾਣੀ ਡੂੰਘਾ ਬਹੁਤ ਸੀ, ਪਰ ਰੱਬ ਦੀ ਕਿਰਪਾ ਨਾਲ ਪਹੁੰਚ ਗਿਆ। ਉਹ ਜਦੋਂ ਵਰਲਡ ਵਾਰ 2 ਚੱਲਦਾ ਸੀ, ਇੱਕ ਪਾਸੇ ਕੋਰੇ ਇੱਕ ਪਾਸੇ ਜਰਮਨ, ਤੇ ਮੈਂ ਗੱਭਿਓ ਲੰਘ ਕੇ ਸਕੂਲੇ ਗਿਆ। ਉਹ ਇੱਕ ਵਾਰੀ ਮੈਨੂੰ ਹਾਰਟ ਅਟੈਕ ਹੋ ਗਿਆ, ਫਿਰ ਵੀ ਮੈਂ ਕਰਕੇ ਸਕੂਲੇ ਪਹੁੰਚ ਗਿਆ। ਇੱਕ ਵਾਰੀ ਮੈਨੂੰ ਹਿਟਲਰ ਨੇ ਕਿਡਨੈਪ ਕਰ ਲਿਆ, ਮੈਂ ਸਰ ਦੇ ਦੋ ਚਪੇੜਾਂ ਮਾਰੀਆਂ, ਨੱਠ ਗਿਆ, ਫਿਰ ਵੀ ਮੈਂ ਸਕੂਲੇ ਪਹੁੰਚ ਗਿਆ। ਉਹ ਇੱਕ ਵਾਰੀ ਮੈਂ ਪ੍ਰੈਗਨੈਂਟ ਹੋ ਗਿਆ, ਡਿਲੀਵਰੀ ਕਰਦਾ ਕਰਦਾ ਮੈਂ ਸਕੂਲੇ ਗਿਆ। ਅਸੀਂ ਬਹੁਤ ਸਟਰਗਲ ਕੀਤੀ ਪੁੱਤ, ਤੁਰ ਕੇ ਜਾ।